ਪਹਿਲਾਂ ਇਹਨਾਂ ਦੀ ਕੋਈ ਗੱਲ ਕਿਤੇ ਖਾਲਤੋਂ ਹੋਈ, ਉਦੋਂ ਖੜੇ ਕਦੇ ਇਹਨਾਂ ਦੀ ਕਿਤੇ ਬੰਦੇ ਕਿਸੇ ਨੇ ਫਿਰ ਪੱਗ ਪੁੱਗ ਲਾਈ ਅਤੇ ਉੱਤੋਂ ਫਿਰ ਇਹਨੇ ਜਦੀ ਰੰਜਿਤ ਤੱਕ ਹੀ ਮਰਨ ਮਰਾਉਣ ਤੱਕ ਫਿਰ ਕੰਮ ਚੱਲ ਗਿਆ। ਮੈਨੂੰ ਨਹੀਂ ਪਤਾ ਕਿਹੜੇ ਨੇ ਮੁੜ ਕੇ ਕੀ ਹੋਇਆ, ਇਹਨਾਂ ਨੇ 40-50 ਬੰਦੇ ਪਿੰਡੋਂ ਠੱਠੀ ਸਾਰੀ ਖੜੀ ਸੀ, ਹੋਰ ਵੀ 12 ਬੰਦੇ ਬੜੇ ਸੱਦੇ ਸੀ, ਸੱਦ ਕੇ ਅਤੇ ਇਹਨਾਂ ਲਾਈਟਾਂ ਵਾਲੇ ਮੋੜ 'ਚ ਮੇਰਾ ਪੁੱਤ ਮਾਰਤਾ। ਇੱਕ ਮੇਰੇ ਚਾਚੇ ਦਾ ਪੁੱਤ ਮਾਰਤਾ, 6-7 ਦੇ ਗੋਲੀਆਂ ਮੁੰਡਾ ਦੀਪ ਹਸਪਤਾਲ ਪਏ ਆ, 6-7 ਬੰਦਿਆਂ ਦੇ ਗੋਲੀਆਂ ਹੋਰ ਲੱਗੀਆਂ ਵਾ। ਅਤੇ ਇਹਨਾਂ ਦਾ ਕੱਲ੍ਹ ਬੱਤੀਆਂ ਵਾਲੇ ਚੌਂਕ 'ਚ ਇਹ ਇਹਨਾਂ ਦੇ ਮੁੰਡੇ ਨੂੰ ਘੇਰਿਆ, ਉਹ ਬਾਬੇ ਮਨ ਚੱਲ ਗਿਆ ਗਾਂ ਮੱਥਾ ਟੇਕ ਇਹ ਅੰਗਰੇਜ਼ ਦੇ, ਅਤੇ ਬਾਅਦ 'ਚ ਇਹ ਗਏ ਆ ਇੱਥੋਂ 5-6 ਆਪਣੇ ਘਰ ਦੇ, ਅਤੇ ਇਹਨਾਂ 'ਤੇ ਜਦੋਂ ਗੱਡੀ ਉੱਥੇ ਜਾ ਕੇ ਕਲਿਆਰੀ ਤਾਂ ਉਹਨਾਂ ਫਾਇਰਿੰਗ ਤੋੜ ਗੋਲੀਆਂ ਚਲਾ ਦਿੱਤੀਆਂ, ਅਤੇ ਇਹਨਾਂ ਦੇ ਬੰਦੇ ਉੱਥੇ ਫੱਟੜੀ ਹੋ ਗਏ, ਗੋਲੀਆਂ ਗਾਲੀਆਂ ਵੱਜ ਕੇ ਇੱਕ ਮਰ ਗਏ, ਕੁਛ ਉਹਨਾਂ ਦੇ ਵੀ ਮਰ ਗਏ ਦੋ ਬੰਦੇ। ਅਤੇ ਇੰਨੀ ਗੱਲ ਦਾ ਮੈਨੂੰ ਪਤਾ ਰਿਹਾ, ਮੈਂ ਖੋਜਪੁਰ 'ਚ ਰਹਿੰਦਾ ਉਦੋਂ। ਅਤੇ ਇਹ ਆਪਸ ਵਿੱਚ ਪਰਿਵਾਰ ਹੀ ਹੈ ਜੀ? ਪਰਿਵਾਰ। ਕਿੰਨੇ ਜਣੇ ਮਰੇ ਪਾਪਾ ਜੀ? ਇਹ 4 ਜਣੇ ਮਰ ਗਏ। ਦੋ। ਕੀ ਕਾਰਨ ਆ ਕੋਈ? ਇਹਨਾਂ ਦਾ ਨਿਕਲ ਨਿਕਲ ਕੰਮ ਇੱਦਾਂ ਥੋੜ੍ਹਾ ਬਹੁਤਾ, ਜਿੱਦਾਂ ਪਿੰਡ ਦੇ ਵਿੱਚ ਗੱਲਬਾਤ ਚੱਲਦੀ ਸੀਗੀ, ਉੱਥੋਂ ਗੱਲ ਵੱਧਦੀ ਵੱਧਦੀ ਫਿਰ ਗੱਲ ਜਿਹੜੀ ਉਹ ਮਰਨ ਮਰਾਉਣ ਤੱਕ ਚੱਲ ਗਈ। ਰੰਜਿਸ਼ ਸੀ ਕੋਈ? ਰੰਜਿਸ਼ ਕੋਈ ਇੱਡੀ ਖਾਸ ਵੀ ਨਹੀਂ ਸੀਗੀ, ਨਾ ਕੋਈ ਇਹਨਾਂ ਦੀ ਵੰਡ ਵੁੰਡ ਵੀ ਨਹੀਂ ਕੋਈ ਪੈਰੀ ਦੀ, ਅਤੇ ਇੱਦਾਂ ਹੀ ਨਿੱਕੇ ਮੋਟੇ ਗੱਲਾਂ ਤੋਂ। ਖਾਲ ਨੂੰ ਗੱਲ ਹੋਈ ਸੀ? ਖਾਲ ਪਹਿਲਾਂ ਇਹਨਾਂ ਦੀ ਕੋਈ ਗੱਲ ਕਿਤੇ ਖਾਲ ਤੋਂ ਹੋਈ, ਉਦੋਂ ਖੜੇ ਕਦੇ ਇਹਨਾਂ ਦੀ ਕਿਤੇ ਬੰਦੇ ਕਿਸੇ ਨੇ ਫਿਰ ਪੱਗ ਪੁੱਗ ਲਾਈ, ਅਤੇ ਉੱਤੋਂ ਫਿਰ ਇਹਨੇ ਜਦੀ ਰੰਜਿਤ ਤੱਕ ਹੀ ਮਰਨ ਮਰਾਉਣ ਤੱਕ ਫਿਰ ਕੰਮ ਚੱਲ ਗਿਆ। ਸਰਪੰਚਲੀ ਸਾਈਡ ਕਿੰਨੇ ਬੰਦੇ ਤੋਂ ਉਧਰੋਂ ਕਿੰਨੇ ਬੰਦੇ ਗਏ? ਹਾਂਜੀ, ਸਰਪੰਚਲੀ ਸਾਈਡ ਤੋਂ ਕਿੰਨੇ ਬੰਦੇ ਸੀ ਤਾਂ ਉਧਰੋਂ ਕਿੰਨੇ ਬੰਦੇ ਆਏ ਗਏ? ਉਧਰੋਂ ਤਾਂ ਕੋਈ ਪਤਾ ਨਹੀਂ, ਉੱਧਰ ਦਾ ਨਹੀਂ ਪਤਾ ਕਿੰਨੇ ਕੁ ਬੰਦੇ, ਔਰ ਬਾਹਰੋਂ ਬੰਦੇ ਮੰਗਾਏ ਸਰਪੰਚ, ਇੱਧਰੋਂ 5-6 ਬੰਦੇ ਇਹਨਾਂ ਦੇ। ਇਹ ਚਾਰੇ ਬੰਦੇ ਕੀ ਗੱਡੀ 'ਚ? ਚਾਰੇ ਬੰਦੇ। ਜਿੰਨੇ ਗੱਡੀ ਜਿਹੜੇ ਮੁੰਡੇ ਮਗਰ ਪਏ, ਮੁੰਡਾ ਕੀ ਕੰਮ ਕਰਦਾ? ਨੇਵੀ 'ਚ ਆਇਆ, ਇੱਥੇ ਆਇਆ, ਛੁੱਟੀ ਆਇਆ। ਹਥਿਆਰਾਂ ਦਾ ਵੀ ਮੈਨੂੰ ਪਤਾ ਨਹੀਂ, ਕੋਈ ਪਿਸਤੌਲ ਇਹਨਾਂ ਕੋਲ ਜਾਂ ਕੀ ਉਹਨਾਂ ਕੋਲ, ਪਤਾ ਨਹੀਂ ਰਫਲਾਂ ਰੁਫਲਾਂ ਕਿੱਦਾਂ ਨਜਾਇਜ਼ ਹਥਿਆਰ ਕਿੰਨੇ ਕੀ, ਉਹਦਾ ਕੋਈ ਪਤਾ ਨਹੀਂ। ਇਹ ਹੋਈ ਜੀ, ਉਹਦਾ ਲੜਕਾ ਜਿਹੜਾ ਸੀ ਬਾਬੇ ਮੰਨ ਗਏ ਸੀ ਮੱਥਾ ਟੇਕਣ, ਅਤੇ ਇਹ ਟੋਲੀ ਨੂੰ ਪਤਾ ਲੱਗਾ ਦੁਸ਼ਮਣਾਂ ਨੂੰ, ਉਹਨੂੰ ਘੇਰਨ ਚਲ ਗਏ, ਉਹਨੂੰ ਘੇਰਨ ਚਲ ਗਏ, ਅਤੇ ਫਿਰ ਇਹਨਾਂ ਨੂੰ ਵੀ ਪਤਾ ਲੱਗਾ, ਇਹ ਵੀ ਫਿਰ ਚੱਲ ਗਏ 4 ਜੀ। ਚਲੋ ਕੋਈ ਨਹੀਂ, ਜੇ ਘੇਰਿਆ ਵਾ ਤਾਂ ਉੱਧਰੋਂ ਦੀ ਗੱਲ ਕਰਕੇ ਤਾਂ ਛਡਾ ਲੈਂਦੇ। ਹਾਂਜੀ, ਉਹ ਇਹ ਅਜੇ ਗਏ ਹੀ ਹੈ ਅਤੇ ਉਹਨਾਂ ਜਾਂਦਿਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਇਹਨਾਂ ਨੇ ਗੱਡੀ 'ਚੋਂ ਨਿਕਲ ਨਹੀਂ ਦਿੰਦੇ, ਬੜੀ ਮੁਸ਼ਕਿਲ ਪਤਾ ਨਹੀਂ ਨਿਕਲੇ ਆ। ਹਾਂਜੀ, ਕਿੰਨੀਆਂ ਗੋਲੀਆਂ ਚਲੀਆਂ ਹੋਣਗੀਆਂ? ਇਹ ਤਾਂ ਹੁਣ ਮਾਲਕ ਹੀ ਜਾਣਦਾ ਉੱਥੇ ਕਿਹੜਾ ਸੀ, ਗਏ ਸੀ ਉੱਥੇ ਹੈਂ, ਦੋ ਉਹਨਾਂ ਦੇ, ਦੋ ਇੱਧਰ। ਹਾਂਜੀ, ਇਹ ਆਪਸ ਜਿਹੜੀ ਦੁਸ਼ਮਣੀ ਹੈ ਪਰਿਵਾਰ ਦੇ ਵਿੱਚ ਜੀ ਹਨ ਜਾਂ ਪਰਿਵਾਰ ਦੇ ਜੀ ਹੈ? ਇਹ ਤਰੀਕੇ 'ਚੋਂ ਕੀ ਕਾਰਨ ਸੀ, ਕਾਹਦੀ ਦੁਸ਼ਮਣੀ? ਨਹੀਂ ਇਹ ਨਹੀਂ ਪਹਿਲਾਂ ਜੀ, ਹੁਣ ਆਹ ਜਿੱਦਾਂ ਖਾਲ ਦਾ ਦੱਸਣ ਡੇ ਆ, ਛੋਟੀ ਮੋਟੀਆਂ ਗੱਲਾਂ ਤੋਂ ਹੀ ਆਹ ਚੀਜ਼। ਮੇਰੇ ਬੇਟੇ ਨੂੰ ਫੋਨ ਆਇਆ ਵੀ ਸਾਡੇ ਬੰਦੇ ਗਲ ਪੈ ਗਏ, ਸਾਡੇ ਆਪਣੇ ਚਾਚੇ ਦਾ ਮੁੰਡੇ ਦਾ ਆਪਣੀ ਘਰਦੀ ਨੂੰ ਚੜਾਉਣ ਗਿਆ ਲਾਈਟਾਂ ਵਾਲੇ ਮੋੜ 'ਚ, ਇਹ ਗਏ ਮੈਂ ਮਗਰੋਂ ਫੋਨ ਕੀਤਾ, ਆਉਂਦਾ ਉਹ ਚੱਲ ਗਏ ਉੱਥੇ, ਸਾਨੂੰ ਅਸੀਂ ਤੁਰਨ ਲੱਗੇ ਹਾਂ, ਇੰਨੀ ਗੱਲ ਸੁਣੀ ਵੀ ਅਸੀਂ ਤੁਰਨ ਲੱਗੇ, ਸਾਨੂੰ ਕੋਈ ਪਤਾ ਨਹੀਂ, ਚੁੱਪ ਰਹਿ ਗਏ। ਇਹ ਪੁਲਿਸ ਆਈ, ਨਾਲ ਪੁਲਿਸ ਦੇ ਵੱਲੋਂ ਹੋ ਕੇ ਆਣ ਕੇ ਉਹਨਾਂ ਨੇ ਗੋਲੀਆਂ ਮਾਰ ਮਾਰ ਕੇ।
ਦੋ ਬੰਦੇ ਹੜੇ ਮੌਕੇ ਤੇ ਮਾਰਤੇ, ਫਿਰ ਇਹਨਾਂ ਨੂੰ ਗੁੱਸਾ ਚੜਿਆ, ਮੈਨੂੰ ਨੀ ਪਤਾ ਕਿਹੜੇ ਨੇ ਮੁੜ ਕੇ ਕੀ ਹੋਇਆ, ਇਹਨਾਂ ਨੇ 40-50 ਬੰਦੇ ਪਿੰਡ ਚੋਂ ਠੱਠੀ ਸਾਰੀ ਖੜੀ ਸੀ, ਹੋਰ ਵੀ 12 ਬੰਦੇ ਬੜੇ ਸੱਦੇ ਸੀ, ਸੱਦ ਕੇ ਤੇ ਇਹਨਾਂ ਲਾਈਟਾਂ ਵਾਲੇ ਮੋੜ 'ਚ ਮੇਰਾ ਪੁੱਤ ਮਾਰਤਾ, ਇੱਕ ਮੇਰੇ ਚਾਚੇ ਦਾ ਪੁੱਤ ਮਾਰਤਾ, 6-7 ਦੇ ਗੋਲੀਆਂ ਬੰਦਾ ਦੀਪ ਹਸਪਤਾਲ ਪਏ ਆ, 6-7 ਬੰਦਿਆਂ ਦੇ ਗੋਲੀਆਂ ਹੋਰ ਲੱਗੀਆਂ ਵਾ, ਘੱਟੋ ਘੱਟ ਇੱਕ ਤਰਸੇਮ ਸਿੰਘ, ਇੱਕ ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਇੱਕ ਦੋ ਹੋਰ ਮੈਨੂੰ ਕਿੰਨਿਆਂ ਦੇ ਨਿਰਮਲ, ਕੀ ਚਾਹੁੰਦੇ ਹੋ ਭਾਈ? ਅਸੀਂ ਕੀ ਚਾਹੁੰਦੇ, ਸਾਨੂੰ ਇਨਸਾਫ ਕਿਸੇ ਨੇ ਦੇਣਾ ਹੀ ਨਹੀਂ ਜੀ, ਸਾਨੂੰ ਤਾਂ 18 ਦੇ ਸਾਡੇ ਤਾਂ ਨਜਾਇਜ਼ 26 ਦੇ ਪਰਚੇ ਇਸ ਬੰਦੇ ਨੇ ਕਰਾਏ, ਸਿਆਸਤ ਦੇ ਅਤੇ ਕਰਕੇ ਸਾਡਾ ਬੇੜਾ ਗਰਕ ਕਰਤਾ, ਪਿੰਡ 'ਚ ਇੱਕ ਨਹੀਂ ਕੋਈ ਇਨਕੁਆਇਰੀ ਕਰਨ ਵਾਲਾ ਕੋਈ ਨਹੀਂ, ਪਿੰਡ 'ਚ ਕਿੰਨੇ ਵਾਰੀ ਮਤਲਬ ਇੱਥੇ ਬੰਦੇ ਜਿਹੜੇ ਆ ਪਰਚੇ ਦਰਖਾਸਤ ਦਿੰਦੇ ਰਹੇ, ਸਾਡੇ ਪਿੰਡ ਕਿਸੇ ਦੀ ਕਦੀ ਸੁਣਵਾਈ ਨਹੀਂ ਹੋਈ, ਇਹ ਫੋਨ ਕਰੇ ਅਤੇ ਸਾਰੇ ਦੌੜੇ ਆ ਜਾਣਗੇ, ਹੋਰ ਸਾਰਾ ਪਿੰਡ ਮਰ ਜੇ ਕਿਸੇ ਨੇ ਨਹੀਂ ਆਉਣਾ। ਬਲਰਾਜ ਸਿੰਘ ਸਾਨੋ ਹਰਵੈਲ ਸਿੰਘ, 37 ਸਾਲ ਉਮਰ ਆ, ਬੱਚੀਆਂ 2 ਨਿੱਕੀਆਂ ਨਿੱਕੀਆਂ, ਘਰ ਬਰਬਾਦ ਹੋਇਆ, ਇਕੱਲਾ ਇਕੱਲਾ ਬੱਚਾ ਹੈ, ਕਾਰਨ ਇਹ ਇੱਥੇ ਨਹੀਂ, ਇਹ ਢੁੱਕਦਾ, ਕਾਰਨ ਇਹ ਪਿੰਡ 'ਚ ਨਸ਼ਾ ਵਿਕਦਾ ਜੀ, ਬੇਸਮਾਰ ਚਿੱਟਾ, ਉਹ ਪਾਰਟੀ ਜਿਹੜੀ ਅੰਗਰੇਜ਼ ਸਿੰਘ ਉਹ ਚਿੱਟਾ ਵੇਚਦੀ ਆ, ਉਹਨੇ ਆਮ ਸਰੇਆਮ ਪਿੰਡ ਵਾਲਿਆਂ ਲੋਕਾਂ ਨੂੰ ਹਥਿਆਰ ਲੈ ਕੇ ਦਿੱਤੇ ਆ, MLA ਦੀ ਸਹਿਮਤ, ਅੰਮ੍ਰਿਤਪਾਲ ਕੇ ਅੰਮ੍ਰਿਤਪਾਲ ਸਿੰਘ ਨਾਂ ਉਹਦਾ, ਅਤੇ ਪੁਲਿਸ ਵਾਲੇ ਰਲੇ ਨਾਲ, SHO ਸਾਹਿਬ ਜਿਹੜਾ ਮੌਜੂਦਾ, ਉਹ ਵੀ ਉੱਥੇ ਗੋਲੀ ਚੱਲਦੀ ਤੇ ਆਇਆ, ਉਹ ਇੰਨਾ ਹੀ ਸੁਣਾਈ, ਕੋਈ ਨਹੀਂ ਕਰਦਾ, ਪਹਿਲਾਂ ਵੀ 6 ਮਹੀਨੇ ਦੇ ਚੁੱਕੇ ਰਿਪੋਰਟ, ਹੁਣ ਵੀ, ਪਰ ਉਹ ਨਹੀਂ ਸੁਣਦਾ ਨਹੀਂ ਕੋਈ ਇਹਨਾਂ ਦੀ। ਇੱਕ ਆਦਮੀ ਅਸੀਂ ਗੁਰਦੁਆਰੇ ਮੰਦਰਾਂ 'ਚ ਜਾਈਦਾ, ਉੱਥੇ ਅਰਦਾਸ ਕਰੀਏ ਬੱਚਾ ਦਿਓ, ਬੱਚੇ ਨੇ ਜਵਾਨ ਹੁੰਦਾ 18 ਸਾਲ, ਅਸੀਂ ਵੇਂਦੇ ਕਿ ਸਾਨੂੰ ਰੋਟੀ ਖਵਾਓ ਬੁਢਾਪੇ 'ਚ, ਉਹਨੂੰ 1 ਮਿੰਟ ਲੱਗਦਾ ਮਾਰ ਲੱਗਿਆ, ਮਾਰ ਕੇ ਗਾਂਹ ਜਾਂਦੇ ਆ, ਕੀ ਸਾਨੂੰ ਇਨਸਾਫ ਹੈ ਭਗਵੰਤ ਦੇਣ ਡਿਆ, ਅਸੀਂ ਤਾਂ ਆਖਿਆ ਸੁੱਖ ਲੈ ਆਈ ਕਿ ਚੰਗਾ ਮੁੱਖ ਮੰਤਰੀ ਆਊਗਾ ਅਤੇ ਸਾਨੂੰ ਮਿਲੂਗਾ ਇਨਸਾਫ, ਆਦ ਹੋਣ ਡਈ ਗੱਲ। ਦੋਨੋਂ ਪਾਣੀ ਦੋ ਬੰਦੇ ਮਰੇ, ਉਹਨਾਂ ਦੇ 2 ਮਰ ਗਏ, ਰੰਜਿਸ਼ ਵਜ੍ਹਾ ਕੀ ਹੋਈ? ਹਾਂਜੀ, ਲੜਾਈ ਦਾ ਕਾਰਨ ਕੀ ਹੈ? ਕਾਰਨ ਇਹ ਆ, ਇਹਨਾਂ ਦਾ ਪਹਿਲਾਂ ਵੀ ਸੱਬੀ ਬਣੀ ਆ, ਪਹਿਲਾਂ ਇਹਨਾਂ ਦੇ ਵੱਡੇ ਕਾਫੀ ਬੰਦੇ ਇਹਨਾਂ ਦੇ, ਅਤੇ ਪਰਚਾ ਨਹੀਂ ਉਹਨਾਂ ਨੇ ਬਣਤਾ, ਹੁਣ ਇਹ ਪਰਚਾ ਨਹੀਂ ਬਣ ਸਕਦਾ MLA ਸਾਹਿਬ ਨੇ, ਹਾਂ ਉਹਨਾਂ ਦਾ ਉਹ ਚੱਲਦਾ, ਉਹ ਇਹਨਾਂ ਦੇ ਚੱਲਦਾ ਆਉਣ ਡਿਆ ਝਗੜਾ ਪਿੰਡ ਦਾ, ਪਿੰਡ ਦਾ ਆ, ਸ਼ਰੀਕ ਨਹੀਂ ਹੈ ਪਿੰਡ ਦਾ, ਇਹ ਭਾਈਚਾਰਾ, ਇਹ ਇੱਕ ਬਾਬੇ ਦੀ ਲਾਹ ਦਾ, ਉਹ ਹਾਂਜੀ ਇਹ ਅਲੱਗ ਵਾ, ਇਹ ਜਿਹੜੇ ਆ 7-8 ਦਾਖਲ ਹੋਏ ਆ, ਕੁਝ ਇਹ ਜਿਹੜੇ ਮਰੇ ਆ, ਇੱਕ ਬਾਬੇ ਦੀ ਔਲਾਦ ਹੈ ਅਤੇ ਇਹਨਾਂ ਦਾ ਹੋਇਆ, ਅਤੇ ਉਹ ਦੂਜਾ ਪਾਰਟੀ ਆ, ਉਹ ਪਤਾ ਨਹੀਂ ਚਾਹੁੰਦਾ ਕੀ ਆ, ਖਤਮ ਆ ਜਿਹੜੇ ਉਹ ਨਾਲ ਮਰੇ ਅਮਲੀ ਜੇ ਮਰੇ ਆ, ਤੋ ਗਾਂਹ ਕਰਤੇ ਉਹਨੇ, ਆਪ ਪਿੱਛੇ ਹੋਇਆ ਗੋਲੀ ਚਲਾਉਂਦਾ, ਆਪ ਸਾਈਡ ਤੋਂ ਗੋਲੀ ਚਲਾਉਂਦਾ ਸੀ, ਦੱਸਣ ਵਾਲੇ ਦੱਸਦੇ। July 7, 2024 ਨੂੰ ਲਾਈਟਾਂ ਵਾਲੀ ਚੌਂਕ, ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ, ਉੱਥੇ 2 ਧਿਰਾਂ ਦੇ ਵਿੱਚ ਆਪਸ ਝਗੜਾ ਹੋਇਆ ਸੀਗਾ, ਉਹਦੇ ਵਿੱਚ 1 ਧਿਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਧਿਰ ਦੇ ਇੱਕ ਅੰਗਰੇਜ਼ ਸਿੰਘ ਜੀ, ਤੋ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ, ਇਹਦੇ ਰਿਗਾਰਡਿੰਗ ਆਲਰੇਡੀ ਪੁਲਿਸ ਨੇ ਕਾਰਵਾਈ ਵੀ ਕੀਤੀ ਸੀਗੀ, ਇਹਨੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਸੀਗਾ, ਲੇਕਿਨ ਕੱਲ੍ਹ ਜੋ ਹੈਗਾ ਦੈਟ ਇਜ਼ ਔਨ 7th of July, ਉੱਥੇ ਇਹਨਾਂ ਦੀ ਹੀਟ ਆਫ ਦ ਮੂਮੈਂਟ ਦੇ ਵਿੱਚ ਆਪਸ 'ਚ ਦੋਵਾਂ ਦੀ ਝਗੜਾ ਹੋ ਗਈ
ਔਰ ਦੋਵੇਂ ਪਾਸੇ ਜੋ ਹੈਗਾ ਇੱਕ ਇੱਕ ਪਾਸੇ ਤਕਰੀਬਨ 8-9 ਲੋਕ ਸੀਗੇ ਔਰ ਦੂਜੇ ਪਾਸੇ ਜੋ ਹੈਗੇ ਉਹ 4 ਲੋਕ ਸੀ। ਇਹਨਾਂ ਦੇ ਆਪਸ 'ਚ ਜਦੋਂ ਇਹ ਤੇਜ਼ਦਾਰ ਹਥਿਆਰ ਔਰ ਜੋ ਵੈਪਨਸ ਦੇ ਨਾਲ ਆਪਸ 'ਚ ਝਗੜਾ ਹੋ ਗਿਆ ਉਹਦੇ ਕਰਕੇ ਟੋਟਲ 4 ਲੋਕਾਂ ਦੀ ਅਨਫੋਰਚੁਨੇਟਲੀ ਡੈਥ ਹੋ ਚੁੱਕੀ ਹੈ ਔਰ 2 ਇੱਕ ਤੀਰ ਦੇ ਹੈਗੇ ਆ, ਦੂਜੇ 2 ਜੋ ਹੈਗੇ ਉਹ ਦੂਜੇ ਤੀਰ ਦੇ। ਇਹ ਸਾਰੇ ਹੀ ਇੱਕੋ ਹੀ ਪਿੰਡ ਦੇ ਹੈਗੇ, ਬਿਠਵਾ ਪਿੰਡ ਦੇ। ਔਰ ਜੋ ਬਾਕੀ 8 ਲੋਕ ਹੈ ਜੋ ਜ਼ਖਮੀ ਨੇ ਉਹ ਹੁਣ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਜਿਹੜੇ ਇਲਾਜ ਹੈਗੇ ਔਰ ਸਾਰੇ ਹੀ ਜੋ ਹੈ ਉਹ ਆਊਟ ਆਫ ਡੇਂਜਰ ਹੈਗੇ ਜੀ ਐਜ਼ ਆਫ ਨਾਓ। ਜਿਸ ਤਰੀਕੇ ਨਾਲ ਦੇਖਿਆ ਜਾਏ ਕਿ ਗੋਲੀਬਾਰੀ ਹੁੰਦੀ ਹੈ, ਬਹੁਤ ਸਾਰੀ ਗੋਲੀਬਾਰੀ ਹੁੰਦੀ ਹੈ, ਕੋਈ ਬਰਾਮਦ ਹੋਇਆ, ਰਾਊਂਡ ਕਿੰਨੇ ਰਾਊਂਡ ਬਰਾਮਦ ਹੋਏ ਜਾਂ ਕਿੰਨੀ ਗੋਲੀ ਚੱਲੀ ਤੁਹਾਨੂੰ ਅੰਦਾਜ਼ਾ ਲੱਗਦਾ? ਜੀ ਇਹਦੇ ਵਿੱਚ ਵੱਖ ਵੱਖ ਜੋ ਹੈਗੇ ਤਰੀਕੇ ਦੀ ਜੋ ਅਸਲੇ ਜੋ ਚੱਲੇ ਆ ਉਹਦੇ ਵਿੱਚ ਇੱਕ 12 ਬੋਰ ਦੀ ਵੀ ਹੈਗੀ ਆ, 315 ਵੀ ਹੈਗੀ ਆ ਔਰ ਰਿਵੋਲਵਰ ਵੀ ਹੈ। ਜੋ ਇਹ 12 ਬੋਰ ਵਗੈਰਾ ਦੀ ਹੁੰਦੀ ਹੈ ਉੱਥੇ ਉਹ ਸ਼ਰੇ ਜਿਹਨਾਂ ਨੂੰ ਪੈਲੇਟਸ ਜਿਹਨਾਂ ਨੂੰ ਕਹਿੰਦੇ ਆ ਜੀ, ਬਹੁਤ ਛੋਟੀ ਜਿਹੀ ਹੁੰਦੀ ਆ ਅਤੇ ਜਦੋਂ ਉਹ ਲੱਗਦੇ ਵੀ ਹੈ ਤਾਂ ਫਿਰ ਉਹ ਫੈਲ ਜਾਂਦੇ ਆ ਤਾਂ ਫਿਰ ਇੰਨਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਹੈ ਗੋਲੀ ਲੱਗੇ ਹੋਏ। ਤਕਰੀਬਨ ਜੋ ਆਪਣੇ ਖਾਲੀ ਖੋਲ ਜੋ ਸਾਨੂੰ ਉੱਥੇ ਮੌਕੇ ਤੋਂ ਮਿਲੇ ਆ ਔਰ ਜੋ ਜ਼ਿੰਦਾ ਰਾਉਂਡ ਜੋ ਮਿਲੇ ਆ ਉਹ ਤਕਰੀਬਨ 30 ਦੇ ਕਰੀਬ ਜੋ ਹੈਗਾ ਉਹ ਗੋਲੀ ਦੇ ਜੋ ਸਾਨੂੰ ਮਿਲੇ ਹੈਗੇ ਜੀ ਅੱਗੇ ਦੀ। ਔਰ ਇਹਦੇ ਵਿੱਚ ਇਨਫੋਰਮੇਸ਼ਨ ਇਹ ਤਕਰੀਬਨ 5 ਮਿੰਟ ਦਾ ਚੱਲਿਆ ਜੀ ਆਪਸ 'ਚ ਜੋ ਇਹਨਾਂ ਦੀ ਝਗੜਾ ਹੋਈ ਹੈ ਉਹਦੇ ਵਿੱਚ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ 2 ਤੀਰਾਂ ਦੇ ਵਿੱਚ ਆਪਸ 'ਚ ਝਗੜਾ ਹੋ ਰਹੀ ਹੈਗੀ। ਤੋ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤੋ ਆਪਣਾ ਇਹ ਜ਼ਿੰਮੇਵਾਰੀ ਸੀ ਕਿ ਪੈਟਰੋਲਿੰਗ ਪਾਰਟੀ ਜੋ ਹੈ ਆਲਰੇਡੀ ਉਹ ਬਾਹਰ ਸੀਗੇ, SHO ਸਾਹਿਬ ਆਪ ਪੈਟਰੋਲਿੰਗ 'ਤੇ ਸੀਗੇ ਕਿਉਂਕਿ ਉਹ ਬਾਹਰ ਸੀਗੇ ਤੋ ਫਿਰ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲੀ ਆ 2 ਮਿੰਟ ਦੇ ਅੰਦਰ ਅੰਦਰ ਉਹ ਉੱਥੇ ਪਹੁੰਚ ਗਏ ਸੀਗੇ ਸੀਨ ਆਫ ਕ੍ਰਾਈਮ ਦੇ ਉੱਥੇ। ਔਰ ਇਹਦੇ ਦੌਰਾਨ ਜੋ ਹੈਗਾ ਇੱਕ ਗੋਲੀ ਜੋ ਹੈ ਉਹ ਪੁਲਿਸ 'ਤੇ ਆਪਣੇ SHO ਸਾਹਿਬ ਦੇ ਗੱਡੀ 'ਤੇ ਵੀ ਲੱਗੀ ਹੋਈ ਹੈਗੀ ਕਿਉਂਕਿ ਪੁਲਿਸ ਉੱਥੇ ਟਾਈਮਲੀ ਪਹੁੰਚ ਗਏ ਹੈਗੇ ਤੋ ਫਿਰ ਇਸ ਤੋਂ ਵੀ ਵੱਡਾ ਨੁਕਸਾਨ ਹੋਣ ਤੋਂ ਉੱਥੇ ਬਚਾ ਹੋ ਗਿਆ। ਔਰ ਜਿਨ੍ਹਾਂ ਦੀ ਜ਼ਖਮੀ ਹੋ ਗਏ ਸੀਗੇ, ਜਿਨ੍ਹਾਂ ਨੇ ਜ਼ਖਮੀ ਹੋ ਗਈ ਸੀ ਉਹਨਾਂ ਨੂੰ ਇਮੀਡੀਏਟਲੀ ਜੋ ਨਜ਼ਦੀਕੀ ਜੋ ਹੋਸਪਿਟਲ ਸੀਗੇ ਉੱਥੇ ਪਹੁੰਚਾਇਆ ਗਿਆ ਸੀਗਾ ਜੀ। ਜਿਸ ਤਰੀਕੇ ਨਾਲ ਪਿੰਡ ਤੇ ਬਾਰ ਬਾਰ ਆਣ ਕੇ ਇਹਨਾਂ ਦੀ ਆਪਸੀ ਲੜਾਈ ਹੁੰਦੀ ਹੈ ਦੋਨਾਂ ਤਰ੍ਹਾਂ, ਕੋਈ ਮੁੱਢਲੀ ਜਾਂਚ ਤੋਂ ਆਇਆ ਕਿ ਇਹਨਾਂ ਨੇ ਆਪਸ ਵਿੱਚ ਵੰਗਾਰ ਕੇ ਜਾਂ ਇੱਕ ਦੂਸਰੇ ਨੂੰ ਟਾਈਮ ਪਾ ਕੇ ਆਏ ਹੋਣ? ਟਾਈਮ ਪਾ ਕੇ ਆਉਣ ਦਾ ਗੱਲ ਸਹੀ ਨਹੀਂ ਹੈ ਜੀ ਕਿਉਂਕਿ ਉਹ ਜੋ ਆਪਣੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ। ਇੱਕ ਤੀਰ ਜੋ ਹੈਗੇ ਉਹ ਆਲਰੇਡੀ ਜੋ ਲਾਈਟਾਂ ਵਾਲੀ ਚੌਂਕ ਹੈ ਇਹ ਇਹਨਾਂ ਦੀ ਪਿੰਡ ਨਹੀਂ ਪੈਂਦਾ, ਇਹ ਆਪਣੀ ਹਰਚੋਵਾਲ ਦੇ ਨੇੜੇ ਪੈਂਦੀ ਹੈ। ਇਹਨਾਂ ਦਾ ਪਿੰਡ ਜੋ ਹੈਗਾ ਬਿਠਵਾ ਹੈ ਜੀ, ਦੋਵੇਂ ਹੀ ਜੋ ਹੈਗਾ ਬਿਠਵਾ ਪਿੰਡ ਦਾ ਜੋ ਰਹਿਣ ਵਾਲੇ ਹੈਗੇ ਆ। ਇੱਕ ਤੀਰ ਜੋ ਹੈ ਉਹ ਮੇਜਰ ਸਿੰਘ ਵਾਲਾ ਜੋ ਤੀਰ ਹੈ ਉੱਥੇ ਆਲਰੇਡੀ ਉਹ ਬੈਠੇ ਸੀ ਲਾਈਟਾਂ ਵਾਲੇ ਚੌਂਕ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੈਠੇ ਸੀਗੇ ਔਰ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਜੋ ਅੰਗਰੇਜ਼ ਸਿੰਘ ਹੈਗੇ ਉਹਨਾਂ ਦਾ ਇੱਕ ਬੇਟਾ ਜੋ ਕਿੱਥੇ ਜਾ ਰਿਹਾ ਸੀਗਾ ਉਸੇ ਰਸਤੇ ਤੋਂ, ਫਿਰ ਕਿਉਂਕਿ ਉਹਨਾਂ ਦੇ ਸੀਗਾ ਝਗੜਾ ਸੀ ਤੋ ਫਿਰ ਉਹਨਾਂ ਨੇ ਇਹਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਆ ਜਾਓ ਇੱਥੇ। ਤੋ ਫਿਰ ਉਹਦੇ ਕਰਕੇ ਅੱਗੇ ਕੀ ਹੋਇਆ ਜੀ ਇਹਨੇ ਵੀ ਆਪਣੇ ਬੰਦੇ ਬੁਲਾਇਆ ਤੋ ਇਮੀਡੀਏਟ ਜੋ ਵਿਦਿਨ 2-3 ਮਿੰਟ ਦੇ ਅੰਦਰ ਅੰਦਰ ਜੋ ਹੈਗਾ ਇਹਨਾਂ ਦੀ ਆਪਸੀ ਜੋ ਹੈ ਉਹ ਝਗੜਾ ਸ਼ੁਰੂ ਹੋਇਆ ਜੀ। ਇਹਦੇ ਵਿੱਚ ਜੋ ਦੇਖੀਏ ਜੀ 4 ਇੱਕ ਤੀਰ ਦੇ ਵਿੱਚ ਸੀਗੇ ਔਰ ਜੋ 8-9 ਜੋ ਹੈ ਦੂਜੇ ਤੀਰ ਦੇ ਸੀਗੇ। ਇਹਦੇ ਵਿੱਚ ਜੋ 4 ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ, ਬਾਕੀ ਜੋ ਝਗੜੇ ਦੇ ਵਿੱਚ ਇਨਵੋਲਵ ਸੀਗੇ ਉਹ ਜ਼ਖਮੀ ਹੈਗੇ ਆ, ਉੱਥੇ ਆਪਣੀ ਪੁਲਿਸ ਦੀ ਗਾਰਡ ਹੈਗੇ ਔਰ ਜੈਸੇ ਡਾਕਟਰ ਸਾਹਿਬ ਇਹਨਾਂ ਨੂੰ ਫਿੱਟ ਘੋਸ਼ਿਤ ਕਰਨਗੇ ਤੋ ਉਹਨਾਂ ਦੀ ਅੱਗੇ ਦੀ ਕਾਰਵਾਈ ਹੋਊਗੀ। ਉਹਦੇ ਨਾਲ ਨਾਲ ਹੀ ਜੋ ਇਹਦੇ ਵਿੱਚ ਅਸਲੇ ਯੂਜ਼ ਹੋਏ ਨੇ ਉਹ ਸਾਰਿਆਂ ਦਾ ਇੱਕ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਦੀ ਲਾਇਸੈਂਸਿਸ ਵੀ ਕੈਂਸਲ ਕੀਤੇ ਜਾਣਗੇ ਔਰ ਨਾਲੇ ਹੀ ਜੋ ਪ੍ਰੀਵੈਂਟਿਵ ਐਕਸ਼ਨ ਜੋ ਲਿਆ ਗਿਆ ਸੀਗਾ ਉਹਦੇ ਵਿੱਚ ਵੀ ਜਿੱਥੇ ਵੀ ਜ਼ਮੀਨ ਦੀ ਝਗੜੇ ਹੈਗੇ ਆ ਉੱਥੇ ਵੀ ਜੋ ਹੈਗਾ ਹਥਿਆਰਾਂ ਦੇ ਜੋ ਲਾਇਸੈਂਸ ਹੋਲਡਰਸ ਹੁੰਦੇ ਆ ਉਹਨਾਂ ਦੇ ਖਿਲਾਫ਼ ਇਹਦੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਉਹ ਲੀਗਲ ਵੈਪਨ ਸੀਗੇ ਜੀ ਇਹਨਾਂ ਦੇ, ਇਹ ਜਮਾ ਆਪਣੇ
ਜਬਤ ਵੀ ਕੀਤੇ ਗਏ ਸੀਗੇ ਡਿਊਰਿੰਗ ਇਲੈਕਸ਼ਨਸ ਜੋ ਹੈਗੇ ਆ ਉਸ ਵੇਲੇ ਡਿਪੋਜ਼ਿਟ ਵੀ ਕੀਤੇ ਗਏ ਸੀਗੇ। ਰੀਸੈਂਟਲੀ ਇਹਨਾਂ ਨੇ ਗਨ ਹਾਊਸ ਉਸ ਤੋਂ ਜਿੱਥੇ ਇਹਨਾਂ ਡਿਪੋਜ਼ਿਟ ਕੀਤਾ ਸੀਗਾ ਉੱਥੋਂ ਦੀ ਵਿਦਾਊਟ ਇਨਫੋਰਮਿੰਗ ਦ ਪੁਲਿਸ ਉਹ ਜੋ ਇਹਨਾਂ ਨੇ ਵਾਪਸ ਆਪਣੇ ਲੈ ਲਏ ਸੀਗੇ। ਤੋ ਇਹਦੇ ਕਰਕੇ ਜੋ ਇਨਕੁਆਇਰੀ ਦੌਰਾਨ ਜੋ ਹੈਗਾ ਉਹਦੇ ਵਿੱਚ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਅੱਗੇ ਦੀ ਜੋ ਕਾਰਵਾਈ ਬਣਦੀ ਹੈ ਜਿਹਦੇ ਖਿਲਾਫ